ਅੱਜ 28 ਜੂਨ ਤੇ ਪਿਛਲੇ ਕਈ ਦਿਨਾਂ ਤੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਅੱਜ ਦੇ ਦਿਨ ਸਿਨੇਮਾ ਘਰਾਂ ਦੇ ਵਿੱਚ ਹਾਸਿਆਂ ਦੀਆਂ ਰਜਿਸਟਰੀਆਂ ਕਰਨ ਆ ਰਹੀ ਹੈ ਮਿੰਦੋ ਤਹਿਸੀਲਦਾਰਨੀ। ਤੇ ਜੀ ਹਾਂ, ਮਿੰਦੋ ਤਹਿਸੀਲਦਾਰਨੀ ਆ ਚੁੱਕੀ ਹੈ ਕਿਉਂਕਿ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਹਾਸਿਆਂ ਦੀਆਂ ਰਜਿਸਟਰੀਆਂ ਕਿੰਨੀਆਂ ਹੋਈਆਂ ਤੇ ਕਿੰਨੀਆਂ ਨਹੀਂ ਉਹਦੇ ਬਾਰੇ ਹੀ ਇਸ ਮੂਵੀ ਰਿਵਿਊ ਦੇ ਵਿੱਚ ਗੱਲ ਕਰਾਂਗੇ। ਕਰਮਜੀਤ ਅਨਮੋਲ ਪ੍ਰੋਡਕਸ਼ਨਸ ਤੇ ਰਾਜੀਵ ਸਿੰਗਲਾ ਪ੍ਰੋਡਕਸ਼ਨਸ ਦੀ ਪ੍ਰੈਜੈਂਟਡ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਵਤਾਰ ਸਿੰਘ ਨੇ, ਜਿਸ ਵਿੱਚ ਮੁੱਖ ਕਿਰਦਾਰਾਂ ਵਿੱਚ ਨੇ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ। ਤੇ ਇਹਨਾਂ ਦਾ ਸਾਥ ਨਿਭਾਉਂਦਿਆਂ ਹੋਏ ਨਜ਼ਰ ਆਏ ਲੱਕੀ ਧਾਲੀਵਾਲ, ਰੁਪਿੰਦਰ ਰੂਪੀ, ਮਲਕੀਤ ਰੌਣੀ, ਸਰਦਾਰ ਸੋਹੀ, ਹਾਰਬੀ ਸੰਘਾ ਤੇ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰੇ। ਇਸ ਫਿਲਮ ਦੀ ਕਹਾਣੀ ਹੈ ਮਿੰਦੋ ਤਹਿਸੀਲਦਾਰਨੀ ਦੀ, ਜਿਸ ਦਾ ਕਿਰਦਾਰ ਨਿਭਾਇਆ ਕਵਿਤਾ ਕੌਸ਼ਿਕ ਨੇ, ਜੋ ਕਿ ਬਹੁਤ ਹੀ ਸੋਹਣੀ ਹੈ ਤੇ ਉਸਦੇ ਹੁਸਨ ਦੇ ਚਰਚੇ ਦੂਰ ਦੂਰ ਤੱਕ ਪਿੰਡਾਂ ਵਿੱਚ ਨੇ ਤੇ ਉਹਨਾਂ ਨਾਲ ਹਰ ਕੋਈ ਆਪਣਾ ਨਾਮ ਜੋੜਨਾ ਚਾਹੁੰਦਾ ਹੈ। ਤੇ ਉੱਥੇ ਦੂਜੇ ਪਾਸੇ ਇੱਕ ਪਿੰਡ ਵਿੱਚ ਹੈ ਛੜਾ, ਜਿਸ ਦਾ ਕਿਰਦਾਰ ਨਿਭਾਇਆ ਕਰਮਜੀਤ ਅਨਮੋਲ ਨੇ, ਜੋ ਕਿ ਮਿੰਦੋ ਦੇ ਨਾਲ ਆਪਣੀ ਗੱਲਬਾਤ ਹੋਣ ਬਾਰੇ ਝੂਠ ਬੋਲ ਦਿੰਦਾ ਹੈ। ਹੁਣ ਇਸ ਝੂਠ ਦਾ ਕੀ ਬਣੇਗਾ, ਇਸ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ, ਜਿਸ ਵਿੱਚ ਆਉਂਦੇ ਨੇ ਬਹੁਤ ਸਾਰੇ ਟਵਿਸਟ ਤੇ ਟਰਨਸ। ਅਦਾਕਾਰੀ ਦੀ ਗੱਲ ਕਰੀਏ ਤਾਂ ਈਸ਼ਾ ਰਿਖੀ ਦਾ ਕਿਰਦਾਰ ਵਧੀਆ ਸੀ, ਜੋ ਕਿ ਉਹਨਾਂ ਨੇ ਚੰਗੇ ਤਰੀਕੇ ਨਾਲ ਨਿਭਾਇਆ। ਤੇ ਇਸ ਤੋਂ ਪਹਿਲਾਂ ਫਿਲਮ 2:5 ਦੇ ਵਿੱਚ ਉਹ ਕੁਝ ਜ਼ਿਆਦਾ ਨਹੀਂ ਕਰ ਪਾਏ ਸੀ, ਪਰ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੇਖਦੇ ਹੋਏ ਇਹ ਕਹਿ ਸਕਦੇ ਹਾਂ ਕਿ ਜੇਕਰ ਉਹਨਾਂ ਦਾ ਕਿਰਦਾਰ ਵਧੀਆ ਹੋਏ ਤਾਂ ਉਹ ਚੰਗਾ ਕੰਮ ਕਰ ਸਕਦੇ ਨੇ। ਤੇ ਨਾਲ ਹੀ ਕਰਮਜੀਤ ਅਨਮੋਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਕਿਰਦਾਰ ਦੇ ਨਾਲ ਪੂਰਾ ਇਨਸਾਫ ਕਰਦੇ ਹੋਏ ਦਿਖਾਈ ਦਿੱਤੇ। ਨਾਲੇ ਕਵਿਤਾ ਕੌਸ਼ਿਕ, ਜੋ ਕਿ ਇਸ ਫਿਲਮ ਦੇ ਲੀਡ ਬਣੇ ਗਏ ਨੇ, ਉਹ ਦੇਖਣ ਵਿੱਚ ਤਾਂ ਕਾਫੀ ਅਟਰੈਕਟਿਵ ਲੱਗੇ, ਉਹਨਾਂ ਦੀ ਅਦਾਵਾਂ ਤੇ ਕਾਫੀ ਵਧੀਆ ਸੀ, ਪਰ ਉਹਨਾਂ ਦਾ ਕਿਰਦਾਰ ਥੋੜਾ ਜਿਹਾ ਓਵਰ ਲੱਗਿਆ, ਜਿਸ ਦਾ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਉਹਨਾਂ ਦੀ ਡਬਿੰਗ ਐਕਟਿੰਗ ਦੇ ਨਾਲ ਫਿੱਟ ਨਹੀਂ ਬੈਠੀ, ਕਿਉਂਕਿ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਡਬਿੰਗ ਨਹੀਂ ਕੀਤੀ। ਇਹਨਾਂ ਤੋਂ ਇਲਾਵਾ ਰਾਜਵੀਰ ਜਵੰਦਾ ਆਪਣੀ ਪਿਛਲੀ ਫਿਲਮ ਜਿੰਦ ਜਾਨ ਨਾਲੋਂ ਐਕਟਿੰਗ ਦੇ ਵਿੱਚ ਕਾਫੀ ਇੰਪਰੂਵਡ ਨਜ਼ਰ ਆਏ, ਪਰ ਜੇਕਰ ਉਹਨਾਂ ਦੇ ਸ਼ਰਾਬੀ ਵਾਲੇ ਸੀਨਸ ਨੂੰ ਇਗਨੋਰ ਕਰ ਦਿੱਤਾ ਜਾਵੇ ਤਾਂ ਬਾਕੀ ਕਿਰਦਾਰ ਠੀਕ ਸੀ, ਪਰ ਉਹਨਾਂ ਵਿੱਚੋਂ ਲੱਕੀ ਧਾਲੀਵਾਲ ਪੂਰੀ ਡੈਡੀਕੇਸ਼ਨ ਦੇ ਨਾਲ ਆਪਣੇ ਕਿਰਦਾਰ ਦੇ ਵਿੱਚ ਖੁੱਬੇ ਹੋਏ ਨਜ਼ਰ ਆਏ। ਫਿਲਮ ਦੇ ਪੋਜ਼ਿਟਿਵ ਪੁਆਇੰਟਸ ਦੀ ਗੱਲ ਕਰੀਏ ਤਾਂ ਜਿਵੇਂ ਟ੍ਰੇਲਰ ਤੋਂ ਲੱਗਦਾ ਹੈ ਕਿ ਇਸ ਫਿਲਮ ਰਾਹੀਂ ਮਿਲੇਗੀ ਸਿਰਫ ਕਾਮੇਡੀ, ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਸਿਰਫ ਉਨਾ ਹੀ ਨਹੀਂ ਹੈ, ਬਲਕਿ ਇਸ ਫਿਲਮ ਰਾਹੀਂ ਤੁਹਾਨੂੰ ਮਿਲਣਗੇ ਬਹੁਤ ਸਾਰੇ ਇਮੋਸ਼ਨਸ, ਜਿਵੇਂ ਕਿ ਐਕਸ਼ਨ, ਡਰਾਮਾ, ਰੋਮਾਂਸ ਅਤੇ ਸਸਪੈਂਸ। ਅਤੇ ਇਹ ਸਭ ਕੁਝ ਤੁਹਾਨੂੰ ਮਿਲੇਗਾ ਬਹੁਤ ਸਾਰੇ ਟਵਿਸਟ ਐਂਡ ਟਰਨਸ ਰਾਹੀਂ, ਜੋ ਕਿ ਕਿਤੇ ਨਾ ਕਿਤੇ ਤੁਹਾਨੂੰ ਐਂਟਰਟੇਨ ਜ਼ਰੂਰ ਕਰਨਗੇ। ਪਰ ਇਹਨਾਂ ਸਾਰਿਆਂ ਦੇ ਪਿੱਛੇ ਜੇਕਰ ਤੁਸੀਂ ਕਿਤੇ ਲੌਜਿਕ ਲੱਭਣ ਚਲੇ ਜਾਓਗੇ, ਫੈਕਟਸ ਲੱਭੋਗੇ, ਤਾਂ ਉਹ ਨਹੀਂ ਮਿਲਣਗੇ, ਜਿੱਥੇ ਕਮੀ ਮਹਿਸੂਸ ਹੁੰਦੀ ਹੈ ਇੱਕ ਚੰਗੀ ਸਕ੍ਰਿਪਟ ਰਾਈਟਿੰਗ ਦੀ। ਫਿਲਮ ਦਾ ਥੋਟ ਪ੍ਰੋਸੈਸ ਤਾਂ ਵਧੀਆ ਹੈ, ਪਰ ਉਸਨੂੰ ਲਿਖਾਵਟ ਵਿੱਚ ਉਹਨਾਂ ਨਿਖਾਰਿਆ ਨਹੀਂ ਗਿਆ। ਅਤੇ ਉਸ ਤੋਂ ਬਾਅਦ ਜਦੋਂ ਵਾਰੀ ਆਉਂਦੀ ਹੈ ਉਸਨੂੰ ਪ੍ਰੈਜੈਂਟ ਕਰਨ ਦੀ, ਉੱਥੇ ਵੀ ਕਾਫੀ ਜਗ੍ਹਾ 'ਤੇ ਕਮੀਆਂ ਨਜ਼ਰ ਆਈਆਂ, ਜਿਵੇਂ ਕਿ ਡਾਇਲੋਗਸ ਪਤਾ ਨਹੀਂ ਚੰਗੇ ਤਰੀਕੇ ਨਾਲ ਲਿਖੇ ਨਹੀਂ ਗਏ ਸੀ ਜਾਂ ਫਿਰ ਚੰਗੇ ਤਰੀਕੇ ਨਾਲ ਡਿਲੀਵਰ ਨਹੀਂ ਕੀਤੇ ਗਏ, ਇਹ ਤਾਂ ਨਹੀਂ ਪਤਾ। ਪਰ ਇੰਨਾ ਜ਼ਰੂਰ ਪਤਾ ਕਿ ਜਿਹੜਾ ਦਾਅਵਾ ਇਹ ਫਿਲਮ ਕਰਦੀ ਸੀ ਕਿ ਹਾਸਿਆਂ ਦੀਆਂ ਰਜਿਸਟਰੀਆਂ ਹੋਣਗੀਆਂ, ਉਹ ਉਹਨੇ ਚੰਗੇ ਤਰੀਕੇ ਨਾਲ ਨਹੀਂ ਹੋ ਪਾਈਆਂ। ਟੈਕਨੀਕਲੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਸਕਰੀਨ ਪਲੇ ਠੀਕ ਸੀ, ਪਰ ਸੀਨਸ ਦੀ ਕੰਟੀਨਿਊਟੀ ਠੀਕ ਨਹੀਂ ਸੀ, ਜਿਹਦੇ ਲਈ ਅਸੀਂ ਤੁਹਾਨੂੰ ਜ਼ਿਆਦਾ ਤਾਂ ਨਹੀਂ ਦੱਸ ਸਕਦੇ ਕਿਉਂਕਿ ਕਹਾਣੀ ਰਿਵੀਲ ਹੋ ਜਾਏਗੀ। ਪਰ ਇੱਕ ਛੋਟਾ ਜਿਹਾ ਐਗਜ਼ਾਮਪਲ ਜ਼ਰੂਰ ਦੇ ਸਕਦੇ ਹਾਂ, ਫਿਲਮ ਦੇ ਵਿੱਚ ਇੱਕ ਵਾਰ ਦੇ ਸੀਨਸ ਦਿਖਾਏ ਗਏ ਹਨ, ਜਿੱਥੇ ਕਿ ਜਦੋਂ ਫੌਜੀ ਲੜਨ ਜਾਂਦਾ ਹੈ ਤਾਂ ਜਿੱਥੇ ਜੀਪ ਖੜੀ ਕਰਕੇ ਜਾਂਦਾ ਹੈ, ਉਹਤੋਂ ਜਦੋਂ ਵਾਪਸ ਆਉਂਦਾ ਤਾਂ ਉਹ ਜੀਪ ਉੱਥੇ ਹੀ ਖੜੀ ਹੁੰਦੀ ਹੈ। ਅਤੇ ਇਹਨਾਂ ਬਰੀਕੀਆਂ ਦਾ ਧਿਆਨ ਦੇਣਾ ਹੁੰਦਾ ਡਾਇਰੈਕਟਰ ਨੇ, ਜਿਹਦੇ ਵਿੱਚ ਡਾਇਰੈਕਸ਼ਨ ਵੀ ਕੁਝ ਕਮਾਲ ਨਹੀਂ ਕਰ ਪਾਈ। ਕਿਸੇ ਵੀ ਫਿਲਮ ਨੂੰ ਬਣਾਉਂਦਿਆਂ ਹੋਏ, ਕਿਸੇ ਵੀ ਫਿਲਮ ਦੀ ਕਹਾਣੀ ਲਿਖਦਿਆਂ ਹੋਏ ਇੱਕ ਸਿਨੇਮਾ ਲਿਬਰਟੀ ਹੁੰਦੀ ਹੈ ਜੋ ਕਿ ਲਿੱਤੀ ਜਾਂਦੀ ਹੈ। ਤੇ ਇਸ ਫਿਲਮ ਦੇ ਵਿੱਚ ਵੀ ਕਈ ਸੀਨਸ ਦੇ ਵਿੱਚ ਸਿਨੇਮਾ ਲਿਬਰਟੀ ਲਿੱਤੀ ਗਈ ਹੈ, ਪਰ ਉਹਨਾਂ ਦੇ ਪਿੱਛੇ ਜੇ ਫੈਕਟਸ ਨੂੰ ਚੈੱਕ ਕੀਤਾ ਜਾਏ ਤਾਂ ਉਹ ਕੁਝ ਸਮਝ ਨਹੀਂ ਆਉਂਦੇ, ਯਾਨੀ ਕਿ ਉਹ ਜਸਟੀਫਾਈ ਨਹੀਂ ਹੋ ਪਾਏ। ਪਰ ਖੈਰ, ਇਸ ਫਿਲਮ ਰਾਹੀਂ ਇੱਕ ਚੰਗੀ ਕਹਾਣੀ ਜ਼ਰੂਰ ਮਿਲਦੀ ਹੈ ਜੋ ਕਿ ਇਮੋਸ਼ਨਸ ਜ਼ਰੂਰ ਡਿਲੀਵਰ ਕਰਦੀ ਹੈ। ਦਾ ਫਿਲਮਸ ਵੱਲੋਂ ਅਸੀਂ ਮਿੰਦੋ ਤਹਿਸੀਲਦਾਰਨੀ ਫਿਲਮ ਨੂੰ ਦੇਵਾਂਗੇ 2.5 ਸਟਾਰਸ। ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਤੁਹਾਨੂੰ ਮਿਲਾਂਗੇ ਅਗਲੀ ਫਿਲਮ ਦੇ ਰਿਵਿਊ ਦੇ ਨਾਲ। ਸਤਿ ਸ਼੍ਰੀ ਅਕਾਲ।